ਤਸਵੀਰਾਂ ਦੇ ਵਿੱਚ ਤਰਸਯੋਗ ਹਾਲਤ 'ਚ ਨਜ਼ਰ ਆ ਰਿਹਾ ਹੈ ਬਜ਼ੁਰਗ ਬਾਪੂ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਇਸੇ ਦਾਣਾ ਮੰਡੀ ਦੇ ਵਿੱਚ ਦਿਨ ਰਾਤ ਕੱਟ ਰਿਹਾ ਹੈ। ਨਾ ਤਾਂ ਇਸ ਨੂੰ ਕੋਈ ਲੱਭਣ ਆਇਆ ਤੇ ਨਾ ਹੀ ਕੋਈ ਲੈਣ। ਘਰ ਬਾਰ ਤੁਹਾਡਾ ਹੈ ਨੀਗਾ? ਘਰ ਬਾਰ ਮੇਰੇ ਪਿਓ ਤੋਂ ਵੇਚ ਗਿਆ, ਤੈਨੂੰ ਮਾਰ ਲਿਆ। ਤੇ ਹੁਣ ਫਿਰ ਤੁਸੀਂ ਐਂ ਰਹਿੰਦੇ ਹੈਗੇ? ਹਾਂ ਜੀ। ਇੱਥੇ ਰਹਿੰਦੇ ਨੂੰ ਕਿੰਨਾ ਚਿਰ ਹੋ ਗਿਆ? ਇੱਥੇ ਮੈਨੂੰ 28 ਦਿਨ ਤੇ ਮਹੀਨਾ ਹੋ ਗਿਆ। 1 ਮਹੀਨਾ 28 ਦਿਨ ਹੋ ਗਏ ਪਹਿਲਾਂ ਗਿਆ। ਤੇ ਫਿਰ ਐਂ ਮੰਡੀ 'ਚ ਤਾਂ ਰੋਟੀ ਪਾਣੀ ਦਾ ਬਸ ਕਿਵੇਂ ਵੀ ਹੋਈ ਜਾਈ, ਰੋਟੀ ਪਾਣੀ ਦਾ ਕੋਈ ਖਾ ਕੋ ਲੈਣਾ, ਰੋਟੀ ਪਾਣੀ ਤੇ ਖਾ ਕੋ ਲੈਣਾ। ਸਰ ਤੁਸੀਂ ਤੁਸੀਂ ਸੰਸਥਾ 'ਚ ਭੇਜ ਦਿੰਦੇ ਆ ਤੁਹਾਨੂੰ? ਨਹੀਂ ਹੈ। ਜਦੋਂ ਇੱਥੇ ਕੁਝ ਲੋਕਾਂ ਦੇ ਵੱਲੋਂ ਬਜ਼ੁਰਗ ਬਾਪੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਨਾਮ ਗੁਰਜੰਟ ਸਿੰਘ ਦੱਸਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਹੈ, ਕੋਈ ਉਹਨਾਂ ਦਾ ਆਪਣਾ ਨਹੀਂ ਹੈ, ਜਿਸ ਲਈ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ, ਕਦੀ ਕਿਸੇ ਪਿੰਡ ਤੇ ਕਦੀ ਕਿਸੇ ਪਿੰਡ ਤੇ ਕਦੀ ਕਿਤੇ ਡੇਰੇ ਲਾ ਰਹੇ ਨੇ। ਇਹ ਤਸਵੀਰਾਂ ਰਾਮਪੁਰਾ ਫੂਲ ਦੇ ਪਿੰਡ ਜਲਾਲ ਦੀ ਦਾਣਾ ਮੰਡੀ ਦੀਆਂ ਨੇ, ਜਿੱਥੇ ਇਹ ਬਜ਼ੁਰਗ ਪਿਛਲੇ 2 ਮਹੀਨਿਆਂ ਤੋਂ ਦਿਨ ਰਾਤ ਕੱਟ ਰਿਹਾ ਹੈ। ਬਜ਼ੁਰਗ ਦਾ ਕਹਿਣਾ ਆ ਕਿ ਉਸਦਾ ਨਾਮ ਗੁਰਜੰਟ ਸਿੰਘ ਹੈ ਤੇ ਉਸਦੇ ਪਿਤਾ ਦਾ ਨਾਮ ਨਿਰੰਜਨ ਸਿੰਘ ਹੈ, ਜਿਨ੍ਹਾਂ ਨੇ ਬਹੁਤ ਪਹਿਲਾਂ ਹੀ ਘਰ ਵੇਚ ਦਿੱਤਾ ਸੀ ਅਤੇ ਹੁਣ ਉਹ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇੱਥੇ ਪਿੰਡ ਵਾਸੀਆਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਗੁਰਜੰਟ ਸਿੰਘ ਨੂੰ ਪਹਿਚਾਣਦਾ ਹੈ ਜਾਂ ਉਹਨਾਂ ਦੇ ਕਿਸੇ ਕਰੀਬੀ ਨੂੰ ਜਾਣਦਾ ਹੈ ਤਾਂ ਪਿੰਡ ਵਾਲਿਆਂ ਨਾਲ ਜ਼ਰੂਰ ਸੰਪਰਕ ਕਰਨ। ਇਹਨਾਂ ਪਿੰਡ ਵਾਸੀਆਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਜ਼ੁਰਗ ਦਾ ਕੋਈ ਰਿਸ਼ਤੇਦਾਰ ਹੀ ਮਿਲ ਜਾਏ ਜੋ ਉਸਨੂੰ ਲੈ ਜਾਏ ਤੇ ਉਸਦੀ ਦੇਖਭਾਲ ਕਰੇ। ਬਜ਼ੁਰਗ ਵੀ ਇੱਕ ਆਪਣਾ ਪਿੰਡ ਕਦੀ ਕੋਈ ਦੱਸਦਾ ਹੈ ਤੇ ਕਦੀ ਕੋਈ, ਜਿਸ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਬਜ਼ੁਰਗ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਸ ਬਜ਼ੁਰਗ ਨੂੰ ਰੋਟੀ ਵੀ ਇੱਥੇ ਦਾਣਾ ਮੰਡੀ ਦੇ ਨੇੜੇ ਘਰਾਂ 'ਚ ਕੋਈ ਨਾ ਕੋਈ ਦੇ ਜਾਂਦਾ ਹੈ, ਪਰ ਗਰਮੀ ਦੇ ਕਾਰਨ ਬਜ਼ੁਰਗ ਦੇ ਹਾਲ ਬੇਹਾਲ ਨੇ, ਕਿਸੇ ਨੂੰ ਵੀ ਦੇਖ ਕੇ ਤਰਸ ਆ ਜਾਵੇ। ਸੋ ਜੇਕਰ ਕੋਈ ਵੀ ਇਸ ਬਜ਼ੁਰਗ ਨੂੰ ਪਹਿਚਾਣਦਾ ਹੈ ਜਿਸਦਾ ਨਾਮ ਗੁਰਜੰਟ ਸਿੰਘ ਹੈ ਜਾਂ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਜਾਣਦਾ ਹੈ ਤਾਂ ਤੁਸੀਂ ਵੀ ਇਹਨਾਂ ਸਮਾਜ ਸੇਵੀਆਂ ਦੀ ਮਦਦ ਕਰੋ ਜੋ ਕਿ ਇਸ ਬਜ਼ੁਰਗ ਬਾਪੂ ਦੇ ਰਿਸ਼ਤੇਦਾਰਾਂ ਨੂੰ ਲੱਭ ਰਹੇ ਨੇ। ਇਹ ਨਾ ਆਪਣੇ ਜੀ ਬਜ਼ੁਰਗ ਮਹੀਨਾ ਡੇਢ ਮਹੀਨਾ ਹੋ ਗਿਆ ਵੀ ਮੰਡੀ ਤੋਂ ਪਹਿਲਾਂ ਆਏ ਸੀਗੇ ਇੱਥੇ। ਨਾਮ ਇਹਦਾ ਨਾਮ ਗੁਰਜੰਟ ਸਿੰਘ, ਪਿਓ ਦਾ ਨਾਮ ਕਰਨੈਲ ਸਿੰਘ ਹੈ ਜੀ। ਇਹ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ ਰਹਿੰਦੇ, ਉਹਨੂੰ ਮੰਡੀ 'ਚ ਵਿਚਾਰੇ ਰਹਿੰਦੇ ਕਰਦੇ ਆ ਵੀ ਜੇ ਕੋਈ ਇਲਾਕੇ ਅਰਕੇ ਦਾ ਹੈਗਾ ਵੀ ਪਿੰਡ ਦਾ ਤਾਂ ਭੈਣੀ ਦੱਸਦੇ ਹੈਗਾ, ਵਾਰ ਵਾਰ ਅੱਲੀ ਦੱਸਦੇ ਹੈਗੇ ਅਤੇ ਉਹ ਪਿੰਡ ਦਾ ਜੇ ਕੋਈ ਹੋਇਆ ਤਾਂ ਇਹਦਾ ਕੋਈ ਰੱਖੇ ਧਿਆਨ ਅਤੇ ਵੀ ਸੰਪਰਕ ਕਰੇ ਜਿਹੜਾ ਵੀ ਕੋਈ ਬੰਦਾ ਜਾਣਦਾ ਕਰਦਾ ਇਹਨਾਂ ਨੂੰ ਵੀ ਇੱਥੇ ਥੱਲੇ ਪੈਂਦੇ ਪੁੰਦੇ ਰੋਟੀ ਪਾਣੀ ਦਾ ਬਹੁਤ ਔਖਾ ਇਹਨਾਂ ਦਾ। ਇਹ ਘਰ ਪਿੰਡ ਵੱਲੋਂ ਦਿੱਤੀ ਜਾ ਰਹੀ ਰੋਟੀ ਪਾਣੀ, ਪਰ ਫਿਰ ਵੀ ਗਰਮੀ ਜ਼ਿਆਦਾ ਕਰਕੇ ਵੀ ਕੋਈ ਹੈ ਨਾ ਵੀ ਉਹ ਜੇ ਕਿਸੇ ਦੇ ਹੈਗਾ ਜਾਣ ਪਛਾਣ ਤਾਂ ਬੰਦਾ ਕਨੈਕਟ ਕਰੇਗਾ। ਮੈਂ ਗੱਲ ਕਰ ਰਿਹਾ, ਸਾਡੀ ਇੱਥੇ ਦਾਣਾ ਮੰਡੀ ਦੇ ਵਿੱਚ ਇੱਕ ਬਜ਼ੁਰਗ ਹੈ, ਬੇਆਸਰਾ ਬੈਠਾ 2 ਮਹੀਨੇ ਤੋਂ, ਇਹ ਪਤਾ ਨਹੀਂ ਲੱਗਦਾ ਵੀ ਕਿੱਥੋਂ ਦਾ ਹੈ ਅਤੇ ਦੱਸਣ ਵਿੱਚ ਕੁਛ ਦੱਸਦਾ ਬੜਬਰ ਬੜਬਰ ਕੋਈ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਇਹਦਾ, ਬੇਕਾਰ ਬੈਠਾ ਹੈ। ਜੇ ਇਹਦਾ ਕੋਈ ਵਾਰਸ ਹੈ ਤਾਂ ਇਹਨੂੰ ਲੈ ਜਾਣਾ, ਜਾਂ ਕੋਈ ਮਨੁੱਖਤਾ ਸੇਵਾ ਕਰਨ ਵਾਲੇ ਉਹ ਵੀ ਇਹਦਾ ਆ ਕੇ ਪਤਾ ਸੁਤਾ ਲੈਣ, ਇਹਦੀ ਸੇਵਾ ਕਰ ਸਕਣ।